आम आदमी पार्टी पंजाब दे प्रधान ते संगरूर तो सांसद मैंबर भगवंत मान ने अज संगरूर विच आए नवे डिप्टी कमिश्नर विशेष तौर ते मुलाकात करके संगरूर जिले नाल संबंधित मुश्किलां बारे विचार वटांदरा कीता है। मीटिंग तो बाद पत्रकारां नाल गलबात करदे भगवंत मान ने दस्सिया कि उन्होंने संगरूर जिले नाल संबंधित मुश्किलां जिले दे डिप्टी कमिश्नर नूं दस्सियां हन। खास तौर ते घग्गर दरिया बारे गलबात कीती है। उन्होंने कहा कि हर साल ही घग्गर दरिया संगरूर जिले विच वड्डा नुकसान पहुंचाउंदा है, इसलिए उन्होंने नवे आए डिप्टी कमिश्नर नूं इस तों जाणू करवाया है ते होर भी कई मुश्किलां दस्सियां हन। इस मौके पत्रकारां नाल गलबात करदियां उन्होंने कांग्रेस सरकार ते दोष लगाया है कि कांग्रेस वितकरे दी राजनीति कर रही है। उन्होंने कहा कि जब इन्हां दे कांग्रेसी वर्कर प्रदर्शन करते हैं तो उन्हां दा कोई भी पर्चा नहीं हुंदा है, पर जदों कोई बेरोजगार अध्यापक या फिर कोई अपनियां मुश्किलां संबंधी हक्कां लई प्रदर्शन करता है तो पंजाब सरकार वल्लों उन्हां खिलाफ परचे दर्ज किए जा रहे हैं, जो कि बेहद मंदभागा है। ਸਾਡੇ ਸੰਗਰੂਰ ਦੇ ਜਿਹੜੇ ਡਿਪਟੀ ਕਮਿਸ਼ਨਰ ਨੇ ਉਹ ਨਵੇਂ ਆਏ ਨੇ ਬਦਲ ਕੇ ਰਾਮਵੀਰ ਜੀ। ਸੋ ਰੂਟੀਨ ਦੀ ਉਹਨਾਂ ਨਾਲ ਮੀਟਿੰਗ ਸੀ ਅਤੇ ਕੁਛ ਆਪਸ ਦੇ ਵਿੱਚ ਜਾਣ ਪਛਾਣ ਅਤੇ ਜਾਣਕਾਰੀਆਂ ਦਾ ਆਦਾਨ ਪ੍ਰਦਾਨ ਸੀ। ਕੁਛ ਕਰੋਨਾ ਦਾ ਜੋ ਅਸੀਂ ਰੂਟੀਨ ਦੇ ਵਿੱਚ ਪੁੱਛਦੇ ਰਹਿੰਦੇ ਹਾਂ ਉਹਦੇ ਬਾਰੇ ਸੀ। ਕੁਛ ਇਸ ਤਰ੍ਹਾਂ ਦੀਆਂ ਖਬਰਾਂ ਛਪੀਆਂ ਸੀ ਮੀਡੀਆ 'ਚ ਕਿ ਇੱਥੋਂ ਪ੍ਰਾਈਵੇਟ ਡਾਕਟਰਾਂ ਨੂੰ ਜਾਂ ਪ੍ਰਾਈਵੇਟ ਹਸਪਤਾਲਾਂ ਨੂੰ ਜ਼ਿਆਦਾ ਰਿਕਮੈਂਡ ਕਰ ਦਿੰਦੇ ਜਿਹੜੇ ਕੋਵਿਡ ਵਾਲੇ, ਮੈਂ ਹੁਣ ਉਹਦੀ ਵੀ ਉਹਨੇ ਧਿਆਨ 'ਚ ਲਿਆਂਦਾ। ਅਤੇ ਬਾਕੀ ਘੱਗਰ ਵਾਸਤੇ ਐਮਪੀ ਸਾਹਿਬ ਨੇ ਦੱਸਿਆ ਕਿ ਕੁਛ ਪੈਸੇ ਆ ਗਏ ਨੇ ਅਤੇ ਦੋ ਕੁ ਦਿਨਾਂ ਬਾਅਦ ਕਹਿੰਦੇ ਮੈਂ ਵੀ ਜਾ ਕੇ ਆਊਂਗਾ। ਸੋ ਸੁੱਖ ਸਾਂਦ ਨਾਲ ਇਸ ਵਾਰ ਘੱਗਰ ਜਿਹੜਾ ਉਹ ਲੰਘ ਜੇ, ਲੋਕਾਂ ਦੀਆਂ ਫਸਲਾਂ 'ਤੇ ਨੁਕਸਾਨ ਨਾ ਹੋਣ, ਇਹੀ ਅਰਦਾਸ ਹੈ। ਸੋ ਆਹੀ ਦੋ ਚਾਰ ਮੁੱਦੇ ਸੀਗੇ ਜਿਹੜੇ ਸੰਗਰੂਰ ਦੀ ਸਫਾਈ ਨਹੀਂ ਹੋਈ ਹੈਗੀ ਕੋਈ ਵੀ ਡਰੇਨ। ਮੈਂ ਇਹ ਵੀ ਗੱਲ ਕੀਤੀ ਹੈ ਕਿਉਂਕਿ ਉਹ ਘੱਗਰ ਦੇ ਪੈਸੇ ਅਲੱਗ ਨੇ ਅਤੇ ਜਿਹੜਾ ਡਰੇਨਾਂ ਦੀ ਸਫਾਈ ਅਤੇ ਹੜ੍ਹਾਂ ਦੀ ਰੋਕਥਾਮ ਲਈ ਜਿਹੜਾ ਫੰਡ ਆਇਆ ਹੋਇਆ, ਮੈਂ ਕਿਹਾ ਜੀ ਇਹਨੂੰ ਤੁਸੀਂ ਇਸ ਤੋਂ ਬਾਅਦ ਪਹਿਲਾਂ ਕਿ ਲੋਕ ਜਿਹੜੇ ਨੇ ਉਹ ਆਪਾਂ ਸਿਰ 'ਤੇ ਪਾਣੀ ਆ ਗਿਆ ਤਾਂ ਫਿਰ ਉਹ ਤੋਂ ਬਾਅਦ ਤਾਂ ਮੈਂ ਕੀ ਕਰਾਂਗੇ। ਸਰ ਜਿਹੜੇ ਪ੍ਰੋਟੈਸਟ ਚੱਲ ਰਹੇ ਸੀਗੇ ਸਿੰਗਲਾ ਸਾਹਿਬ ਦੀ ਕੋਠੀ ਪ੍ਰੋਟੈਸਟ ਹੋਇਆ, ਉਹਨਾਂ ਟੀਚਰਾਂ 'ਤੇ DBA ਟੀਚਰਾਂ 'ਤੇ ਪਰਚਾ ਦਿੱਤਾ ਜੀ? ਨਹੀਂ, ਇਹ ਤਾਂ ਬਹੁਤ, ਮੈਂ ਇਹ ਤਾਂ ਮੈਨੂੰ ਜਦੋਂ ਪੜ੍ਹਿਆ ਮੈਨੂੰ ਬੜਾ ਦੁੱਖ ਹੋਇਆ। ਇਹ ਜਿਹੜਾ ਕਾਂਗਰਸ ਨੇ ਹੁਣ ਪਿਛਲੇ ਦਿਨੀ ਪ੍ਰਦਰਸ਼ਨ ਕੀਤਾ ਸੀ ਸਾਰੇ ਪੰਜਾਬ 'ਚ, ਠੀਕ ਹੈ ਨਾ, ਉਹ ਤੇਲ ਦੀਆਂ ਕੀਮਤਾਂ ਦਾ, ਅਤੇ ਉਹ ਉਦੋਂ ਤੱਕ ਕਾਂਗਰਸੀਆਂ ਦਾ ਇੰਨਾ ਇਕੱਠ ਹੈ ਅਤੇ ਕੋਈ ਮਾਸਕ ਵੀ ਨਹੀਂ ਪਾਇਆ ਹੋਇਆ। ਇਹ ਜਿਹੜੇ ਟੀਚਰ ਨੇ ਤਾਂ ਮਾਸਕ ਵੀ ਪਾ ਕੇ ਆਏ ਸੀ। ਇਹ ਸਿੰਗਲਾ ਸਾਹਿਬ ਇਸ ਤਰ੍ਹਾਂ ਤੁਸੀਂ ਭੱਜੋ ਨਾ, ਕਬੂਤਰ ਦੇ ਅੱਖਾਂ ਮੀਚਣ ਨਾਲ ਬਿੱਲੀ ਨਹੀਂ ਕਹਿੰਦੇ ਭੱਜਦੀ ਹੁੰਦੀ। ਕਦੇ ਤੁਸੀਂ ਇਹਨਾਂ 'ਤੇ ਲਾਠੀਚਾਰਜ ਕਰਵਾਉਂਦੇ ਹੋ, ਕਦੇ ਤੁਸੀਂ ਇਹਨਾਂ ਪ੍ਰਤੀ ਮੰਦੀ ਭਾਸ਼ਾ ਦਾ ਪ੍ਰਯੋਗ ਕਰਦੇ ਹੋ, ਠੀਕ ਹੈ ਨਾ, ਕਦੇ ਕਹਿੰਦੇ ਇਹਨੂੰ ਚੱਕ ਕੇ ਇੱਥੋਂ ਇਹਨੂੰ ਛੱਡਿਆ ਹੋ ਕਿਤੇ ਪਰਾਂ ਕਰ ਦਿਉ, ਅਤੇ ਕਦੇ ਤੁਸੀਂ ਇਹਨਾਂ 'ਤੇ ਪਰਚੇ ਪਾਉਂਦੇ ਹੋ, ਇਹ ਨਾ ਕਰੋ। ਉਹ ਬੇਰੁਜ਼ਗਾਰ ਕਿਸੇ ਨੂੰ ਵੀ ਕੋਈ ਇੱਥੇ ਇੰਨੀ ਗਰਮੀ ਦੇ ਵਿੱਚ ਕੋਈ ਨਾਰੇ ਲਾਉਣ ਦਾ ਸ਼ੌਕ ਨਹੀਂ ਹੈਗਾ, ਬੇਰੁਜ਼ਗਾਰੀ ਦੇ ਮਾਰੇ ਹੋਏ ਨੇ, ਉਹ ਪੜ੍ਹੇ ਲਿਖੇ ਨੇ, ਠੀਕ ਹੈ ਨਾ। ਸੋ ਕਿਰਪਾ ਕਰਕੇ ਉਹਨਾਂ ਨਾਲ ਮਾਨਵੀ ਬਿਹੇਵ ਕਰੋ। ਇਹ ਨਹੀਂ ਹੈ ਕਿ ਜੇ ਹੁਣ ਤੁਹਾਡੀ ਕੋਠੀ ਦੇ ਮੂਹਰੇ ਤੁਸੀਂ ਉਹਨਾਂ ਨੂੰ ਨੌਕਰੀਆਂ ਦੇ ਦਿਓ, ਜੋ ਉਹਨਾਂ ਦੀਆਂ ਮੰਗਾਂ ਨੇ ਉਹ ਪੂਰੀਆਂ ਕਰ ਦਿਓ, ਤੁਹਾਡੀ ਕੋਠੀ ਮੂਹਰੇ ਉਹ ਕਿਉਂ ਆਉਣਗੇ ਜੀ? ਠੀਕ ਹੈ ਨਾ, ਜੇ ਤੁਸੀਂ ਸਿੱਖਿਆ ਮੰਤਰੀ ਹੋ ਅਤੇ ਤੁਸੀਂ ਫਿਰ ਕੀਤੇ ਹੋਏ ਵਾਅਦੇ ਪੂਰੇ ਨਹੀਂ ਕਰਦੇ ਆਪਦੇ ਮੈਨੀਫੈਸਟੋ ਦੇ ਕਾਂਗਰਸ ਦੇ, ਤਾਂ ਫਿਰ ਤਾਂ ਤੁਹਾਡੀਆਂ ਕੋਠੀਆਂ ਐਂ ਘੇਰਨਗੇ ਲੋਕ। ਅਤੇ ਪਰਚੇ ਸੋਸ਼ਲ ਡਿਸਟੈਂਸ ਦੇ ਜ਼ਿਆਦਾ ਕਾਂਗਰਸ ਨੇ ਪਿਛਲੇ ਦਿਨ ਹੀ ਪ੍ਰਦਰਸ਼ਨ ਕੀਤਾ ਹੈ, ਕਿਸੇ ਇੱਕ 'ਤੇ ਕੋਈ ਪਰਚਾ ਪੁਰਚਾ ਹੋਇਆ? ਅਤੇ ਮੰਡੀਆਂ ਦੇ ਵਿੱਚ ਇਹਨਾਂ ਦੇ ਜਿਹੜੇ ਮੰਤਰੀ ਨੇ ਉਹ ਕਿੱਡੇ ਕਿੱਡੇ ਕਾਫਲੇ ਲੈ ਕੇ ਜਾਂਦੇ ਰਹੇ ਨੇ, ਕਿਸੇ 'ਤੇ ਕੋਈ ਪਰਚਾ ਹੋਇਆ? ਬੇਰੁਜ਼ਗਾਰਾਂ 'ਤੇ ਪਰਚਾ ਦੇ ਦਿਓ। ਸੋ ਇਹਦੇ ਆਮ ਆਦਮੀ ਪਾਰਟੀ ਇਹਦਾ ਸਖਤ ਵਿਰੋਧ ਕਰਦੀ ਹੈ ਅਤੇ ਉਹਨਾਂ ਦਾ ਸਾਥ ਦੇਵਾਂਗੇ ਅਸੀਂ। ਸੰਗਰੂਰ ਤੋਂ ਕੁਲਵੀਰ ਨਮੋਲ ਦੀ ਰਿਪੋਰਟ, ਪੰਜਾਬ ਟੂਡੇ।